ਦੇਸ਼ ਵਿਦੇਸ਼ ਦੀ ਧਰਤੀ ਤੇ ਦਿਨਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਆਸਾ ਕੀ ਵਾਰ ਜਿਸ ਦੀ 7 ਨੰਬਰ ਪੌੜੀ ਨਾਲ ਆਇਆ ਹੋਇਆ ਪਹਿਲਾ ਸ਼ਲੋਕ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ ਸ਼ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਸਤਿਗੁਰਾਂ ਨੇ ਇਸ ਪੂਰੇ ਸ਼ਬਦ ਦੇ ਅੰਦਰ ਹੋਂਦੀ ਮੈਂ ਦੀ ਹੋਂਵੇਂ ਦੀ ਗੱਲ ਕੀਤੀ ਹੈ ਕਿ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਵਿੱਚ ਕੇਂਦਰਤ ਰਹਿੰਦੀ ਹੈ ਜਿੱਥੇ ਹਰ ਵਕਤ ਮੈਂ ਦੀ ਮੇਰੀ ਦੀ ਬਾਤ ਹੈ ਮੈਂ ਮੈਂ ਦੀ ਗੱਲ ਹੁੰਦੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕੁੱਸ ਹੋਂ ਦੇ ਵਿੱਚੋਂ ਸਾਨੂੰ ਬਾਹਰ ਨਿਕਲਣ ਲਈ ਵੀ ਪ੍ਰੇਰਦੇ ਤੇ ਸਹਿਬ ਦਾ ਆਪਾਂ ਬਚਨ ਪੜ੍ਹਦੇ ਹਾਂ ਹੋਂ ਹੋਂ ਮੈਂ ਮੈਂ ਵਿੱਚੋਂ ਖੋਵੇ ਦੂਜਾ ਮਿਟੇ ਇੱਕ ਹੋਵੇ ਕਹਿੰਦੇ ਇਸ ਚੀਜ਼ ਨੂੰ ਵਿੱਚੋਂ ਖਤਮ ਕਰਨਾ ਹੈ ਤੇ ਦੂਜਾ ਮਿਟਾਉਣਾ ਹੈ ਤੇ ਇੱਕ ਹੋਣਾ ਹੈ ਔਰ ਗੁਰਬਾਣੀ ਅੰਦਰ ਜਦੋਂ ਪਰਮੇਸ਼ਰ ਤੇ ਜੀਵ ਦੇ ਦਰਮਿਆਨ ਵਿਚਾਲੇ ਜਿਹੜੀ ਉਹ ਸਟੇਕਲ ਹੈ ਰੁਕਾਵਟ ਹੈ ਮਿਲਾਪ ਦੇ ਵਿੱਚ ਉਹਨੂੰ ਦੀਵਾਰ ਆਖਿਆ ਕੰਧ ਆਖਿਆ ਉਹਨੂੰ ਪਰਦਾ ਆਖਿਆ ਗੁਰਬਾਣੀ ਅੰਦਰ ਪਰ ਉਹ ਕਾਹਦਾ ਪਰਦਾ ਹੈ ਕੋਈ ਇੱਟਾਂ ਸੀਮਿੰਟ ਦੀ ਬਣੀ ਹੋਈ ਕੰਧ ਨਹੀਂ ਹੈ ਉਹ ਗਾਰੇ ਮਿੱਟੀ ਦੀ ਬਣੀ ਹੋਈ ਨਹੀਂ ਹੈ ਕੋਈ ਪਲਾਸਟਿਕ ਦੀ ਨਹੀਂ ਹੈ ਕੋਈ ਹੋਰ ਧਾਤ ਦੀ ਨਹੀਂ ਹੈ ਪੱਥਰ ਦੀ ਨਹੀਂ ਹੈ ਕਾਦੀ ਹੈ ਮਹਾਰਾਜ ਕਹਿੰਦੇ ਹੋ ਮਹਿੰਦੀ ਇਹ ਹੋਮੇਂਦੀ ਦੀਵਾਰ ਹੈ ਜਿਹੜੀ ਜੀਵ ਤੇ ਪਰਮੇਸ਼ਰ ਦੇ ਦਰਮਿਆਨ ਹੈ ਮਿਲਾਪ ਦੇ ਵਿੱਚ ਸਭ ਨਾਲੋਂ ਵੱਡੀ ਅੜਚਣ ਹੈ ਔਰ ਇਹਨੂੰ ਹੀ ਤੋੜ ਕੇ ਇਸ ਪਰਦੇ ਨੂੰ ਹੀ ਹਟਾ ਕੇ ਉਸ ਨਿਰੰਕਾਰ ਦਾ ਮਿਲਾਪ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੂੰ ਆਪਣੇ ਜੀਵਨ ਵਿੱਚੋਂ ਕਿਉਂਕਿ ਬਾਬੇ ਰਵਿਦਾਸ ਦਾ ਇੱਕ ਸ਼ਬਦ ਆ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਕਿੰਦੇ ਜਦੋਂ ਮੈਂ ਸਨ ਮੈਂ ਬੰਦਾ ਮੈਂ ਕਹਿੰਦਾ ਮੈਂ ਉਦੋਂ ਤੂੰ ਨਹੀਂ ਸੀ ਲੇਕਿਨ ਜਦੋਂ ਤੁਸੀਂ ਆਇਓ ਉਦੋਂ ਆਪਾਂ ਮਿਟ ਗਏ ਆ ਮੈਂ ਨਹੀਂ ਹੁਣ ਰਹਿ ਗਿਆ ਅਰੇ ਨਿਸ਼ਾਨੀ ਹੈ ਜਿੱਦਾਂ ਨਿਰੰਕਾਰ ਦੇ ਨਾਲ ਮਿਲਾਪ ਹੈ ਸਭ ਕਹਿੰਦੇ ਉਹ ਦਿਨ ਫਿਰ ਤੇਰੇ ਅੰਦਰ ਦੂਜੀ ਕਹਾਣੀ ਖਤਮ ਹੋ ਜਾਏਗੀ ਸਮਾਪਤ ਹੋ ਜਾਏਗੀ ਉਹ ਨਹੀਂ ਰਹੇਗਾ ਫਿਰ ਉਹ ਨਿਰੰਕਾਰ ਹੋਇਆ ਮੈਂ ਕਹਿਣ ਵਾਲਾ ਚਲਾ ਗਿਆ ਖਤਮ ਹੋ ਗਿਆ ਜੀਵਨ ਵਿੱਚ ਜਿਹੜਾ ਹਰ ਵਕਤ ਮੈਂ ਮੈਂ ਦੀ ਗੱਲ ਕਰਦਾ ਸੀ ਨਾ ਉਹ ਚਲਾ ਗਿਆ ਔਰ ਮਹਾਰਾਜ ਨੇ ਇਹ ਜਿਹੜਾ ਸ਼ਲੋਕ ਬਖਸ਼ਿਸ਼ ਕੀਤਾ ਕਹਿੰਦੇ ਹੋਂ ਦੇ ਕਾਰਨ ਹੀ ਬੰਦਾ ਦੁਬਾਰਾ ਦੁਬਾਰਾ ਜੰਮਦਾ ਹੈ ਦੁਬਾਰਾ ਦੁਬਾਰਾ ਮਰਦਾ ਹੈ ਕਿਉਂਕਿ ਹਉਮੈ ਨੂੰ ਉਹਦੇ ਨਾਲ ਮਿਲਣ ਨਹੀਂ ਦਿੰਦੀ ਆਪਣੀ ਵੱਖਰੀ ਹੋਂਦ ਰੱਖਦਾ ਹੈ ਆਪਣੇ ਆਪ ਨੂੰ ਵੱਖਰਾ ਹੋ ਕੇ ਬਿਠਾਉਂਦਾ ਹੈ ਐਸਾ ਕੁਝ ਹੈ ਔਰ ਉਹ ਬੜਾ ਸੁੰਦਰ ਦਿਸਟਾਂਤ ਦਿੱਤਾ ਦਾਨਿਆਂ ਨੇ ਹੋਂਮੇ ਦੀ ਕਿਉਂਕਿ ਹੋਂਮੇ ਕਿਸੇ ਪ੍ਰਾਪਤੀ ਤੇ ਹੁੰਦੀ ਬੰਦੇ ਦੀ ਉਹ ਕਿਤੇ ਕੋਈ ਜੋਰੀ ਇਹੋ ਜਿਹੀ ਉਹਦੀ ਦੁਕਾਨ ਦੇ ਵਿੱਚ ਕਿਤੇ ਉਹ ਕੰਮ ਕਰ ਰਿਹਾ ਸੀ ਹੀਰਾ ਕਿਤੇ ਬਾਹਰ ਪਿਆ ਰਹਿ ਗਿਆ ਤੇ ਉਹ ਚੂਹੇ ਨੇ ਨਿਗਲ ਰਿਆ ਜਦੋਂ ਚੂਏ ਨੇ ਨਿਗਲ ਲਿਆ ਨਾ ਉਹ ਲੈ ਗਿਆ ਪੇਟ ਦੇ ਵਿੱਚ ਤੇ ਉਹ ਨੇੜੇ ਖੁੱਡ ਸੀ ਖੁੱਡ ਵਿੱਚ ਵੜ ਗਿਆ ਉਹ ਨੇ ਨਾਲ ਦੀ ਨਾਲ ਪਤਾ ਕੀਤਾ ਕੋਈ ਬੰਦਾ ਇਹੋ ਜਿਹਾ ਪਹਿਚਾਨ ਵਾਲਾ ਜਿਹਨੂੰ ਪਤਾ ਹੋਵੇ ਬੜਾ ਤਾਂ ਉਹ ਸਾਰੇ ਚੂਏ ਜਿਹੜੇ ਸਾਨੂੰ ਖੁੱਡ ਦੇ ਵਿੱਚ ਜਿੰਨੇ ਰਹਿੰਦੇ ਸਨ ਬਾਹਰ ਕੱਢੇ ਉਹਨਾਂ ਵਿੱਚੋਂ ਪਹਿਚਾਨਣਾ ਸੀ ਤੇ ਉਹਨੇ ਜੱਕ ਦਾ ਮਾਖਿਆ ਕਹਿੰਦੇ ਉਹ ਜਿਹੜਾ ਨ ਚੂਹਾ ਸਭ ਤੋਂ ਉੱਪਰਲੇ ਪਾਸੇ ਆ ਉਹ ਅਲੱਗ ਹੈ ਕਹਿੰਦੇ ਉਹੀ ਹੈ ਉਹਦੇ ਪੇਟ ਵਿੱਚ ਹੀਰਾ ਜਦੋਂ ਦੇਖਿਆ ਤੇ ਵਾਕਈ ਉਹਦੇ ਵਿੱਚੋਂ ਨਿਕਲ ਆਇਆ ਉਹ ਜੋਰੀ ਜਿਹੜਾ ਸੀ ਉਹ ਕਹਿੰਦਾ ਜੀ ਤੁਸੀਂ ਬਿਲਕੁਲ ਇਜੈਕਟ கரੈਕਟ ਜਿਹੜਾ ਹੈ ਉਹੀ ਆ ਕੋਈ ਤੁਹਾਨੂੰ ਭੁਲੇਖਾ ਨਹੀਂ ਪਿਆ ਵੀ ਤੁਸੀਂ ਦੋਹਾਂ ਚਾਹੁੰਦੀ ਗੱਲ ਕੀਤੀ ਫਿਰ ਪੰਜਵਾਂ ਚੌਥਾ ਤੁਸੀਂ ਸਿੱਧਾ ਹੀ ਉਹ ਕਹ ਆ ਵੀ ਉਹੀ ਹੈ ਕਿੰਨਾ ਤੁਹਾਨੂੰ ਪਹਿਚਾਨ ਕਿਵੇਂ ਆਏ ਵੀ ਸਾਰੇ ਤੇ ਵੇਖਣ ਨੂੰ ਇੱਕੋ ਜਿਹਾ ਲੱਗਦੇ ਆ ਉਹ ਕਹਿੰਦਾ ਪਹਿਚਾਨਿਆ ਵੀ ਜਦੋਂ ਜਿਹੜਾ ਮੂਰਖ ਬੰਦਾ ਕਿਤੇ ਅਮੀਰ ਹੋ ਜਾਏ ਨਾ ਮੂਰਖ ਨਾ ਸਮਝ ਉਹਦੇ ਕੋਲੇ ਕਿਤੇ ਪੈਸਾ ਆ ਜਾਏ ਜਾਂ ਧਨ ਆ ਜਾਏ ਮੀਰੀ ਆ ਜਾਏ ਤੇ ਫਿਰ ਉਹ ਆਪਣੇ ਕੁੰਬੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਚ ਰਹਿਣਾ ਪਸੰਦ ਨਹੀਂ ਸਾਹਮਣੇ ਨਾਲ ਵੱਖਰਾ ਹੀ ਤੁਰਿਆ ਫਿਰਦਾ ਹੈਂਕਾਰ ਹੋ ਜਾਂਦਾ ਤੇ ਆਪਾਂ ਅਕਸਰ ਵੇਖਦੇ ਹਾਂ ਲੋਕ ਨ ਪਦਾਰਥਵਾਦ ਹੈ ਤੇ ਸਟੇਟਡ ਦਾ ਸਟੇਟਸ ਦਾ ਇਹੋ ਜਿਹਾ ਫੱਟਾ ਗਲ ਵਿੱਚ ਪਾ ਲੈਂਦੇ ਆ ਉਹ ਆਂਦਾ ਏ ਨੰਗ ਮਲੰਗ ਲੋਕਾਂ ਦੇ ਰਿਸ਼ਤੇਦਾਰਾਂ ਤੋਂ ਮੈਂ ਕੀ ਲੈਣਾ ਇਹਨਾਂ ਨਾਲ ਵਰਤ ਕੇ ਕੀ ਕਰਨਾ ਅਕਸਰ ਮਨੋਕਿ ਇਹੋ ਜਿਹਾ ਕੁਝ ਕਰਦਾ ਔਰ ਉਹਨੂੰ ਇਹ ਹੀ ਰਹਿੰਦਾ ਬਸ ਅੰਦਰ ਨੇ ਕੈਂਵੇਂ ਹੀ ਵਿਚਾਰ ਆ ਜਾਂਦੀ ਏ ਹਾਏ ਮੈਂ ਇਹਨਾਂ ਨਾਲ ਵਰਤਾਂਗਾ ਇਹਨਾਂ ਨੂੰ ਬੁਲਾਵਾਂ ਮੇਰੇ ਤੋਂ ਕੁਝ ਮੰਗ ਨਾ ਲੈਣ ਵੀ ਕਮਲਿਆ ਜਦੋਂ ਜਦੋਂ ਰੋਟੀ ਸ਼ੁਰੂ ਤੋਂ ਖਾਂਦੇ ਆ ਰਹੇ ਤੇ ਤੂੰ ਥੋੜਾ ਦਿਨਾਂ ਤੇ ਹੁਣ ਵੀ ਖਾਂਣਗੇ ਉਹ ਕਹਿੰਦਾ ਜੀ ਤਾਂ ਪਹਿਚਾਣਿਆ ਵੀ ਸਾਰੇ ਚੂਹਿਆਂ ਚ ਵੱਖਰਾ ਹੀ ਹੋ ਕੇ ਤੁਰਿਆ ਫਿਰਦਾ ਸੀ ਇਹ ਨਿਸ਼ਾਨੀ ਐ ਵੀ ਜਦੋਂ ਮੂਰਖ ਨਾ ਸਮਝ ਬੰਦਾ ਜਿਹੜਾ ਨਾ ਉਹਦੇ ਕੋਲੇ ਅਮੀਰੀ ਆਉਂਦੀ ਧਨ ਆਉਂਦਾ ਤੇ ਉਹ ਆਪਣੇ ਦੋਸਤਾਂ ਭੈਣ ਭਰਾਵਾਂ ਤੋਂ ਵੱਖਰਾ ਹੀ ਹੋ ਕੇ ਹੋਂ ਨੂੰ ਫਿਰਦਾ ਨਾਲ ਨਹੀਂ ਮਿਲ ਕੇ ਬੈਠਦਾ ਹਰ ਥਾਂ ਤੇ ਕਿਉਂਕਿ ਉਹਦਾ ਹੰਕਾਰ ਆਉਂਦਾ ਇਹੋ ਜਿਹੇ ਬੰਦੇ ਨੂੰ ਮੈਂ ਹੱਥ ਮਿਲਾ ਲਿਆ ਮੇਰਾ ਸਟੇਟਸ ਡਾਊਨ ਹੋ ਜਾਏਗਾ ਇਹੋ ਜੇ ਬੰਦੇ ਨੂੰ ਮੈਂ ਬੁਲਾ ਲਿਆ ਇਸ ਤਰ੍ਹਾਂ ਹੋ ਜਾਏਗਾ ਇਹੋ ਜੇ ਚੱਕਰਾਂ ਵਿੱਚ ਫਸ ਜਾਂਦਾ ਮਨੁੱਖ ਇਹੋ ਜੇ ਕਾਰਜਾਂ ਦੇ ਵਿੱਚ ਤੋਏ ਹਉਮੇ ਜਿਹੜੀ ਹੈ ਇੱਕ ਅਡਰੀ ਹੋਣ ਦੀ ਮੰਗਦੀ ਹੈ ਮਤਲਬ ਵੱਖਰਾ ਹੋਣ ਦੀ ਵੀ ਮੈਨੂੰ ਮੈਂ ਕਿਸੇ ਥਾਂ ਤੇ ਗਿਆ ਉੱਥੇ ਵੀ ਮੇਰਾ ਨਾਮ ਲਿਆ ਜਾਏ ਵੱਖਰੇ ਤੌਰ ਤੇ ਮੈਨੂੰ ਮੁਖਾਤਬ ਹੋਇਆ ਜਾਏ ਵੀ ਫਲਾਣਾ ਟਮਕਾਣਾ ਜੀ ਆ ਜਿਓ ਜੀ ਆਏ ਨੇ ਫਿਰ ਨਾਲ ਇੱਕ ਹੋਰ ਝੂਠ ਦਾ ਪੁਲੰਦਾ ਬੰਨਿਆ ਜਾਏ ਬਈ ਇਹ ਬੜੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਵਕਤ ਕੱਢ ਕੇ ਆਏ ਐ ਤੇ ਭਾਵੇਂ ਪਹਿਲਾਂ ਵੀ ਤਾਸ਼ ਖੇਡਦਾ ਜਾਂ ਲੇਟਿਆ ਆਇਆ ਹੋਵੇ ਤੇ ਜਾ ਕੇ ਵੀ ਉਹ ਕੰਮ ਕਰਨਾ ਵੇ ਤੇ ਉੱਥੇ ਕਹਿ ਰਹੇ ਨੇ ਕਿ ਟਾਈਮ ਚੋਂ ਟਾਈਮ ਕੱਢ ਕੇ ਤੇ ਭਾਈ ਸਾਂ ਥੋੜੀ ਕੀਤਾ ਅੱਜ ਉਹਨਾਂ ਦਾ ਕੋਈ ਗਿਆ ਐ ਤੇ ਤੂੰ ਆ ਗਿਆ ਕੱਲ ਨੂੰ ਤੇਰਾ ਕੁਝ ਆ ਗਿਆ ਤੇ ਅਗਲੇ ਆਉਣਗੇ ਇਹ ਗੱਲਾਂ ਥੋੜੀ ਐ ਲੇਕਿਨ ਹੰਕਾਰ ਆ ਨਾ ਜਿਹੜਾ ਉਹ ਫਿਰ ਇਹ ਨਹੀਂ ਵੇਖਦਾ ਵੀ ਧਾਰਮਿਕ ਸਥਾਨਿਆਂ ਕੋ ਸਮਾਜਿਕ ਸਥਾਨਿਆਂ ਇਹਨਾਂ ਚੀਜ਼ਾਂ ਨੂੰ ਨਹੀਂ ਵੇਖਦਾ ਉਹ ਕੇਵਲ ਤੇ ਕੇਵਲ ਆਪਣੀ ਹੋਂਦ ਦੀ ਕਹਾਣੀ ਮੰਗਦਾ ਵੀ ਮੇਰੀ ਹੋਂ ਜਿਹੜੀ ਹੈ ਉਸੇ ਨੂੰ ਫਿਰ ਮਹਾਰਾਜ ਕਹਿੰਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਕਹਿੰਦੇ ਜਦ ਤਾਈਂ ਜੀਵ ਹੋਂ ਵਿੱਚ ਹੈ ਭਾਵ ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਵੱਖਰੀ ਹਸਤੀ ਮੰਨਦਾ ਉਹਦਾ ਰੂਪ ਨਹੀਂ ਹੁੰਦਾ ਜਗਤ ਵਿੱਚ ਆਉਂਦਾ ਤੇ ਕਦੇ ਜਗਤ ਤੋਂ ਚਲੇ ਜਾਂਦਾ ਜੰਮਦਾ ਤੇ ਮਰਦਾ ਉਹ ਮਾਲਕ ਦੇ ਦਰ ਤੇ ਵੀ ਆਉਂਦਾ ਹੋਵੇਂ ਹੰਕਾਰ ਨਾਲ ਭਰਿਆ ਉਸੇ ਤਰ੍ਹਾਂ ਵਾਪਸ ਚਲਾ ਜਾਂਦਾ ਨਿਵੰਦਾ ਨਹੀਂ ਆਪਾਂ ਕਈ ਵਾਰੀ ਵੇਖਦੇ ਨਾ ਆਮ ਕਰਕੇ ਬੰਦਾ ਸ਼ਬਦ ਕਹਿੰਦਾ ਕਹਿੰਦਾ ਇਹ ਬੰਦਾ ਨਿਉਂਦਾ ਨਹੀਂ ਇਹਦੀ ਤੌਣ ਚ ਕਿਲਾ ਠੁੱਕਾ ਤਾਂ ਉਹ ਹੋਵੇਂਦਾ ਹੀ ਔਰ ਕੋ ਕਿਲਾ ਬਾਹਰਲਾ ਥੋੜੀ ਹੁੰਦਾ ਉਹ ਹੰਕਾਰ ਜਿਹੜਾ ਹੈ ਔਰਦਾਨਿਆਂ ਦਾ ਬੋਲ ਹੈ ਆਨੇ ਭਾਈ ਮਾਇਆ ਤੇ ਕਪੜੇ ਨੂੰ ਲਾ ਦਿਓ ਤੇ ਉਹ ਆਕੜ ਜਾਂਦਾ ਪਹਿਲਾਂ ਮਾਵੇ ਵਾਲੀਆਂ ਪੱਗਾਂ ਬੰਦੇ ਸਨ ਕਿ ਉਹਨਾਂ ਮਾਵਾ ਲਾਇਆ ਤੇ ਉਹ ਐ ਫਿਰ ਆਕੜਿਆ ਰਹਿੰਦਾ ਹਰ ਟਾਈਮ ਇਸੇ ਤਰ੍ਹਾਂ ਹੀ ਮੁੜ ਕੇ ਜਿੱਦਣ ਬੰਦੇ ਕੋਲੇ ਚਾਰ ਪੈਸੇ ਕੁੱਡੀਆਂ ਆ ਜਾਂਦੀਆਂ ਤੇ ਜੇ ਕਪੜੇ ਨੂੰ ਮਾਇਆ ਲੱਗੀ ਤੇ ਉਹ ਆਕੜ ਗਿਆ ਤੇ ਫਿਰ ਬੰਦਾ ਇਹ ਵੀ ਆਕੜਿਆ ਫਿਰਦਾ ਮੁੜ ਕੇ ਹਉਮੈ ਅਹੰਕਾਰ ਬੰਦੇ ਨੂੰ ਇਹੋ ਜਿਹਾ ਬਣਾਉਂਦੀ ਹੈ ਉਹ ਹੋਂ ਦੇ ਵਿੱਚ ਭਰਿਆ ਹੋਇਆ ਆਉਂਦਾ ਤੇ ਹੋਂ ਦੇ ਵਿੱਚ ਭਰਿਆ ਹੀ ਚਲਿਆ ਜਾਂਦਾ ਹੈ ਔਰ ਇਹੋ ਹੀ ਹੋਂ ਉਹਦੇ ਜੰਮਣ ਤੇ ਮਰਨ ਦਾ ਕਾਰਨ ਬਣਦੀ ਹੈ ਉਹਦੇ ਕਰਕੇ ਵਾਰ-ਵਾਰ ਜੰਮਦਾ ਹੈ ਵਾਰ-ਵਾਰ ਮਰਦਾ ਹੈ ਕਿਉਂਕਿ ਅਹੰਕਾਰ ਵਾਲਾ ਜੀਵਨ ਨਿਰੰਕਾਰ ਦਾ ਰੂਪ ਨਹੀਂ ਹੋ ਸਕਿਆ ਵੱਖਰਾ ਤੇ ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਚ ਰੌਣਾ ਜਾਣਾ ਬਣਿਆ ਰਹਿਣਾ ਤਾਂ ਕਰਕੇ ਕਹਿੰਦੇ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਵਾ ਬਸ ਇਹੋ ਹੀ ਗੱਲ ਮੇਰੇ ਵਰਗਾ ਨਹੀਂ ਕੋਈ ਮੇਰੇ ਵਰਗਾ ਨਹੀਂ ਕੋਈ ਮੈਂ ਸਭ ਤੋਂ ਐਸਾ ਐਸਾ ਇਨ੍ਹਾਂ ਚੀਜ਼ਾਂ ਦੇ ਵਿੱਚ ਹੀ ਪੈ ਕੇ ਹੰਕਾਰ ਦੇ ਵਿੱਚ ਹੀ ਮਹਾਰਾਜ ਨੇ ਦੁਨੀ ਚੰਦ ਤੋਂ ਤਾਂ ਹੀ ਝੰਡੇ ਲਵਾਏ ਸੀ ਵੀ ਆ ਵੀ ਤੇਰੇ ਕੋਲ ਇੰਨੇ ਲੱਖ ਝੰਡੇ ਗੱਡੀ ਫਿਰਦਾ ਹੰਕਾਰ ਕਰਦਾ ਨਾਲ ਜਾਣਾ ਕੀ ਹੈ ਸੂਈ ਤੱਕ ਵੀ ਨਹੀਂ ਤੂੰ ਸੰਭਾਲ ਕੇ ਰੱਖਿਆ ਵੀ ਇਹ ਜਾਣੀ ਨਹੀਂ ਤੇ ਫਿਰ ਹੰਕਾਰ ਕਾਹਦਾ ਹੈ ਮਹਾਰਾਜ ਨੇ ਉਹ ਹਉਮੈ ਲਈ ਕਹਿੰਦੇ ਸਭ ਕੁਝ ਗੁਜਰਾਨ ਹੈ ਹੰਕਾਰ ਨੂੰ ਛੱਡ ਤੇ ਨਿਰੰਕਾਰ ਦੇ ਨਾਲ ਜੁੜ ਤਾਂ ਕਿ ਤੇਰਾ ਜੀਵਨ ਉਹਦੇ ਦਰ ਤੇ ਪ੍ਰਵਾਣ ਚੜ ਜਾਏ ਕਿਉਂਕਿ ਹੰਕਾਰੀ ਨੂੰ ਵੀ ਚੰਗਾ ਨਹੀਂ ਲੱਗਦਾ ਸ਼ਲੋਕ ਦੀਆਂ ਕੇਵਲ ਪਹਿਲੀਆਂ ਦੋ ਕੁ ਪੰਕਤੀਆਂ ਆਪਾਂ ਵਿਚਾਰੀਆਂ ਅਗਲੇ ਭਾਗ ਵਿੱਚ ਅਗਲਾ ਇਸ ਸ਼ਲੋਕ ਨੂੰ ਸੰਪੂਰਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀ ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਆਸਾ ਕੀ ਵਾਰ ਜਿਸ ਦੀ 7 ਨੰਬਰ ਪੌੜੀ ਨਾਲ ਆਇਆ ਹੋਇਆ ਪਹਿਲਾ ਸ਼ਲੋਕ ਸ਼ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਇਸ ਸ਼ਲੋਕ ਦੀ ਸ਼ੁਰੂਆਤ ਆਪਾਂ ਪਿਛਲੇ ਭਾਗ ਦੇ ਵਿੱਚ ਕੀਤੀ ਸੀ ਪਹਿਲੀਆਂ ਆਪਾਂ ਦੋ ਪੰਕਤੀਆਂ ਜਿਹੜੀਆਂ ਨੇ ਵਿਚਾਰਨ ਦਾ ਯਤਨ ਕੀਤਾ ਸੀ ਅੱਜ ਮਹਾਰਾਜ ਤੀਸਰੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਕਿੰਦ ਜਦੋਂ ਬੰਦਾ ਓਮ ਹੰਕਾਰ ਦੇ ਵਸ ਵਿੱਚ ਹਨ ਤਾਂ ਜਿਹੜੇ ਦੇਣ ਲੈਣ ਵੀ ਕਰਦਾ ਨਾ ਮਨ ਲੋਕ ਨੂੰ ਕਿਸੇ ਨੂੰ ਲੋੜਵੰਦ ਨੂੰ ਦਿੱਤਾ ਵੀ ਹੈ ਤਾਂ ਉਹਦੇ ਨਾਲ ਵੀ ਉਹਦੀ ਹਉਮੈ ਖਲੋਤੀ ਅਹੰਕਾਰ ਖਲੋਤਾ ਆਪਾਂ ਪਿਛਲੇਰੇ ਸਮੇਂ ਦੇ ਅੰਦਰ ਇਹ ਚੀਜ਼ਾਂ ਵੇਖੀਆਂ ਵੀ ਜਦੋਂ ਕਿਤੇ ਚਾਹੇ ਉਹ ਪੰਜਾਬ ਦੇ ਵਿੱਚ ਹੜ ਆਏ ਜਾਂ ਹੋਰ ਥਾਵਾਂ ਤੇ ਜਿੱਥੇ ਉੱਥੇ ਐਸੀਆਂ ਸੰਸਥਾਵਾਂ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਵੱਡੇ ਰੂਪ ਦੇ ਵਿੱਚ ਕੰਮ ਕੀਤਾ। ਉਹ ਚੀਜ਼ ਇੱਕ ਹੁੰਦੀ ਹੈ ਵੀ ਆਪਾਂ ਉਹ ਸੇਵਾ ਨੂੰ ਤਾਂ ਦਿਖਾਉਣਾ ਚਾਹੁੰਨੇ ਕਿਸੇ ਦੂਸਰੇ ਨੂੰ ਹੋਰ ਜਾਗ ਲੱਗ ਸਕੇ। ਪਰ ਇਹ ਕੇ ਵਿਚਾਰ ਹੈ ਵੀ ਮੈਨ ਦਿੱਤਾ ਹੈ ਪਤਾ ਲੱਗ ਸਕੇ ਇੱਥੋਂ ਹੀ ਹੋਏ ਹੋਏ ਜੇ ਵੀ ਲੋਕ ਮਿਲੇ ਵੀ ਦੋ ਰੋਟੀਆਂ ਫੜਾ ਕੇ ਫੋਟੋ ਖਿਚਾਉਂਦੇ ਫਿਰਦੇ। ਔਰ ਉਹ ਸਾਬਤ ਕੀ ਕਰਨਾ ਚਾਹੁੰਦੇ। ਕਿਤੇ ਇੱਕ ਇਕ ਕੇਲਾ ਪਕੜ ਕੇ ਪੰਜ ਬੰਦਿਆਂ ਨੂੰ ਹੱਥ ਪਾਇਆ ਤੇ ਦੇਵਚਾਰ ਇੱਕ ਨੂੰ ਰਹਿ ਪਤਾ ਨਹੀਂ ਵੀ ਮੁੜ ਕੇ ਖਾ ਵੀ ਭਾਵੇਂ ਆਪ ਹੀ ਗਏ ਹੋਣ ਇਹ ਆ ਕੇ ਦੇਣ ਦੇ ਨਾਲ ਅਹੰਕਾਰ ਜੁੜਿਆ ਵੀ ਮੈਂ ਦੇ ਰਿਹਾ ਪਤਾ ਲੱਗੇ ਇਸ ਚੀਜ਼ ਨੂੰ ਕਰਨਾ ਇਸ ਚੀਜ਼ ਦਾ ਅਹੰਕਾਰ ਹੋ ਜਾਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਬਚਨ ਕਹਿੰਦੇ ਆ ਤੀਰਥ ਵਰਤਿਆਰ দান ਕਰ ਮਨ ਮੈਂ ਤਰੇ ਗੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਾਨੰਤ ਉਹ ਦਿੱਤੇ ਕੀਤੇ ਦਾ ਹੰਕਾਰ ਹੋ ਜਾ ਤੂੰ ਐਵੇਂ ਆ ਜਿਵੇਂ ਹਾਥੀ ਨੂੰ ਇਸ਼ਾਨੰਤ ਤੱਕ ਰਾਇਆ ਸਾਬ ਤਾਂ ਹੋਇਆ ਸੀ ਕੰਮ ਤੇ ਚੰਗਾ ਕੀਤਾ ਪਰ ਉਹਨੇ ਫਿਰ ਪੜੀ ਸੋਨ ਮਿੱਟੀ ਦੀ ਤੇ ਸੁੰਡ ਦੇ ਨਾਲ ਫਿਰ ਉੱਤੇ ਮਿੱਟੀ ਸੁੱਟ ਲਈ ਫਿਰ ਭਰ ਗਿਆ ਮਿੱਟੀ ਦੇ ਨਾਲ ਇਸ ਤਰ੍ਹਾਂ ਹੀ ਹੰਕਾਰ ਦੇ ਰੂਪੀ ਖੇ ਬੰਦਾ ਫਿਰ ਸਿਰ ਤੇ ਪਾ ਲੈਂਦਾ ਚੰਗਾ ਭਲਾ ਨਾਤਾ ਤੋਤਾ ਚੰਗਾ ਕਰਮ ਕਰਕੇ ਇਹੋ ਜੀ ਹੌਂ ਦੀ ਖੇ ਉਡਾ ਕੇ ਫਿਰ ਸਿਰ ਚ ਪਾ ਲੈਂਦਾ ਜਿਹਦੇ ਤੋਂ ਬਚਣ ਦੀ ਲੋੜ ਹੈ ਤਾ ਕਰਕੇ ਮਹਾਰਾਜ ਕਹਿੰਦੇ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਕਹਿੰਦੇ ਉਹ ਕਿਸੇ ਲੋੜਵੰਦੇ ਨੂੰ ਜੇ ਕੁਝ ਦਿੰਦਾ ਹੈ ਤਾਂ ਕਹਿੰਦੇ ਜਾਂ ਕਿਸੇ ਤੋਂ ਲੈਂਦਾ ਉਹ ਵੀ ਹੋਂ ਮੈਂ ਹੰਕਾਰ ਦੇ ਵਿੱਚ ਹੰਕਾਰ ਦੇ ਵਿੱਚ ਹੀ ਦੇਣਾ ਹੰਕਾਰ ਵਿੱਚ ਹੀ ਦੇਣਾ ਲੈਣਾ ਕਰਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਤੇ ਮਹਾਰਾਜ ਕਹਿੰਦੇ ਆ ਵੀ ਹੋਂ ਦੇ ਵਿੱਚ ਹੀ ਜਿਹੜਾ ਹੈ ਉਹ ਖਟਦਾ ਤੇ ਹੋਂ ਦੇ ਵਿੱਚ ਹੀ ਗਵਾਉਂਦਾ ਹੌ ਵਿੱਚ ਖੱਟਣਾ ਤੇ ਗਵਾਉਣਾ ਕੀ ਆ ਸਮਝਣਾ ਹੌ ਵਿੱਚ ਖੱਟਣਾ ਕਿ ਜੋ ਕਮਾਈ ਕੀਤੀ ਆ ਮੇਰੇ ਮੈਂ ਇੰਨੇ ਕਮਾਏ ਆ ਮੇਰੇ ਕੋਲੇ ਇੰਨਾ ਕੁਝ ਆ ਮੇਰੇ ਕੋਲੇ ਆ ਕੁਝ ਐਸ ਤਰ੍ਹਾਂ ਕਰਨਾ ਤੇ ਪਰਤ ਕੇ ਮੈਂ ਪੈਸੇ ਦੀ ਪਰਵਾਹ ਨਹੀਂ ਕਰਦਾ ਕੋ ਨੱਚਣ ਗਾਉਣ ਵਾਲਿਆਂ ਤੋਂ ਛੁੱਟੀ ਗਏ ਕੋ ਹੋਰ ਕੰਮ ਇਹੋ ਜਿਹੜੇ ਨੇ ਕੋ ਮੈਂ ਤਾਂ ਮੁਕਦਮੇ ਉੱਤੇ ਇੰਨੇ ਲਾ ਦੂੰ ਮੇਰੇ ਕੋਲੇ ਪੈਸਾ ਅੱਗ ਲਾਇਆ ਨਹੀਂ ਸੜਦਾ ਮੈਂ ਇੰਜ ਕਰ ਦੂੰ ਅੰਜ ਕਰ ਦੂੰ ਹੰਕਾਰ ਵਿੱਚ ਇਹਨੂੰ ਕਹਿੰਦੇ ਹੌਮੇ ਮੇਰੇ ਕੋਲੇ ਤਾਂ ਇਹਨਾਂ ਧੰਨ ਮੈਂ ਤੈਨੂੰ ਖੜੇ ਖਲੋਤੇ ਨੂੰ ਖਰੀਦ ਲੂੰ ਮੈਂ ਤੇਰੇ ਪਰਿਵਾਰ ਖਰੀਦ ਲੂੰ ਆ ਪਤਾ ਨਹੀਂ ਕੀ ਕੀ ਕਹੀ ਜਾਂਦੇ ਇਹਨੂੰ ਕਹਿੰਦੇ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੰਕਾਰ ਖੱਟਦੇ ਆ ਤੇ ਤਾਂ ਵੀ ਹੰਕਾਰ ਕਰਦੇ ਆ ਤੇ ਗਵਾਉਂਦੇ ਫਿਰ ਵੀ ਆਂਦੇ ਹੰਕਾਰ ਕਰਦੇ ਫਿਰ ਮਹਾਰਾਜ ਕਹਿੰਦੇ ਆ ਹੋਂ ਵਿੱਚ ਸਚਿਆਰ ਕੂੜਿਆਰ ਹੌਂ ਵਿੱਚ ਪਾਪ ਪੁੰਨ ਵਿਚਾਰ ਜਿਤਨਾ ਚਿਰ ਜੀਵ ਮੇਰ ਤੇਰ ਵਾਲੀ ਹੱਦਬੰਦੀ ਵਿੱਚ ਹੈ ਨਾ ਲੋਕਾਂ ਦੀਆਂ ਨਜ਼ਰਾਂ ਵਿੱਚ ਕਦੇ ਉਹ ਸੱਚਾ ਹੈ ਤੇ ਕਦੇ ਝੂਠਾ ਹੈ ਭਾਵੇਂ ਉਹ ਇੱਕ ਟਿਕਾਵ ਵਾਲਾ ਨਹੀਂ ਬਣਦਾ ਕਦੇ ਕੂੜਿਆਰ ਹੋ ਜਾਂਦਾ ਕਦੇ ਸਚਿਆਰ ਹੋ ਜਾਂਦਾ ਔਰ ਇਹ ਕਾਦਰ ਦੇ ਨਾਲੋਂ ਵੱਖਰੀ ਹੋਣ ਦੇ ਜਿਹੜੇ ਭਰਮ ਵਿੱਚ ਈ ਤਾ ਤਾਂ ਹੀ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਪਾਪ ਸੋਚਦਾ ਮੈਂ ਪਲੇ ਕੰਮ ਕੀਤੇ ਆ ਮੈਂ ਮਾੜੇ ਕੰਮ ਕੀਤੇ ਇਹ ਨਹੀਂ ਸੋਚਦਾ ਵੀ ਇਹ ਗੁਨਾਹ ਮੇਰੇ ਤੋਂ ਆ ਪੜਾ ਜਿਹੜਾ ਰੱਬ ਨੇ ਕਰਾ ਨਹੀਂ ਹੋਂ ਵਿੱਚ ਪਾਪ ਪੁੰਨ ਵਿਚਾਰ ਫਿਰ ਹੋਂ ਵਿੱਚ ਨਰਕ ਸੁਰਗ ਅਵਤਾਰ ਕਹਿੰਦੇ ਫਿਰ ਇਹ ਵੀ ਸੋਚਦਾ ਹੈ ਤੇ ਇਸੇ ਵਖੇ ਵਿੱਚ ਰਹਿਣ ਕਰਕੇ ਪਾਰਵ ਵਿੱਚ ਆਪਣਾ ਆਪ ਇੱਕ ਰੂਪ ਨਾ ਕਰਨ ਕਰਕੇ ਕਦੇ ਨਰਕ ਵਿੱਚ ਪੈਂਦਾ ਤੇ ਕਦੇ ਸੁਰਗ ਵਿੱਚ ਆਉਣਾ ਤੇ ਜਾਣਾ ਜੰਮਣਾ ਤੇ ਮਰਨਾ ਨਰਕ ਸੁਰਗ અવਤਾਰ ਫਿਰ ਕਹਿੰਦੇ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭੜੀਏ ਹੋਂ ਵਿੱਚ ਤੋਵੇ ਜਦ ਤਾਈ ਆਪਣੇ ਕਰਤਾਰ ਨਾਲੋਂ ਵੱਖਰੀ ਹੋਂ ਦੇ ਵਿੱਚ ਜੀਵ ਵੱਜਾ ਪਿਆ ਤਦ ਤੱਕ ਹੱਸਦਾ ਹੈ ਕਦੇ ਰੋਂਦਾ ਹੈ ਪਾਵਾ ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਤੇ ਕਦੇ ਦੁਖੀ ਸਮਝਦਾ ਹਮੇਂ ਘਾਰ ਜਿਹੜਾ ਹੈ ਹੋਂ ਇਹਦੇ ਤੋਂ ਇਹੋ ਜਿਹਾ ਕੁਝ ਕਰਾਉਂਦੀ ਰੱਬ ਨਾਲੋਂ ਆਪਣੀ ਵੱਖਰੀ ਹਸਤੀ ਸਮਝਣ ਕਰਕੇ ਉਸ ਦੇ ਮਨ ਪਾਪਾਂ ਦੀ ਮੈਲ ਵਿੱਚ ਲਿਬੜ ਜਾਂਦਾ ਹੈ ਤੇ ਕਦੇ ਉਹ ਆਪਣੇ ਉਦਮ ਦੇ ਆਸਰੇ ਉਸ ਮੈਲ ਨੂੰ ਧੋਂਦਾ ਆ ਹੋਂ ਵਿੱਚ ਭੜੀ ਹੈ ਹੋਂ ਵਿੱਚ ਧੋਵੇ ਕਹਿੰਦੇ ਉਹ ਮੈਲ ਕਦੇ ਉਹਦੇ ਵਸਪਿਆ ਲਿਬੜ ਜਾਂਦਾ ਕਦੇ ਉਹਨੂੰ ਧੋਣ ਦਾ ਯਤਨ ਕਰਦਾ ਹੈ ਹੋਂ ਵਿੱਚ ਜਾਤੀ ਜਿਣਸੀ ਖੋਵੇ ਫਿਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਹੋਂਦ ਵਿੱਚ ਇਸ ਵਖਰੀ ਹੋਂਦ ਵਿੱਚ ਗਰਸਿਆ ਜੀਵ ਕਦੇ ਜਾਤ ਪਾਤ ਦੇ ਖਿਆਲ ਵਿੱਚ ਪੈ ਕੇ ਕਿ ਮੇਰੀ ਉੱਚੀ ਜਾਤ ਹੈ ਆਪਣਾ ਆਪ ਗਵਾ ਲੈਂਦਾ ਜਾਤ ਦਾ ਅਭਿਮਾਨ ਵੀ ਅਸੀਂ ਫਲਾਣੇ ਹੁੰਨੇ ਹਾਂ ਅਸੀਂ ਟਮਕਾਣੇ ਹੁੰਨੇ ਇਹਨਾਂ ਚੀਜ਼ਾਂ ਵਿੱਚ ਪੈ ਕੇ ਔਰ ਮਹਾਰਾਜ ਨੇ ਨਾ ਚੀਜ਼ਾਂ ਵਿੱਚੋਂ ਬਾਹਰ ਕੱਢਿਆ ਸਹਿਬ ਕਹਿੰਦੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਗੁਰੂ ਨਾਨਕ ਸਾਹਿਬ ਬਾਬੇ ਮਰਦਾਨੇ ਨੂੰ ਨਾਲ ਲੈ ਕੇ ਤੁਰੇ ਤੇ ਲੋਕਾਂ ਨੇ ਆਖਿਆ ਛਰੀਕੇ ਭਾਈ ਜਾਰੇ ਨੇ ਵੀ ਤੇਰੀ ਤੇ ਜਾਤ ਬੜੀ ਉੱਚੀ ਐ ਤੂੰ ਬੇਦੀ ਕੁੱਲ ਦੇ ਵਿੱਚੋਂ ਐ ਐਸਾ ਉੱਤਮ ਖੱਤਰੀਆਂ ਦੀ ਕੁੱਲ ਐ ਤੇ ਤੂੰ ਇੱਕ ਡੂੰਮ ਨੂੰ ਨਾਲ ਲਈ ਫਿਰਦਾ ਤੇਰੀ ਜਾਤ ਉਹਨਾਂ ਨਾਲੋਂ ਜ਼ਿਆਦਾ ਮੰਤ ਬਰ ਬਾਬਾ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੁਆ ਤਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿਉ ਕਿ ਆਰੀਸ ਬਾਬਾ ਭਾਈ ਲਾਲੋ ਦੇ ਘਰ ਜਾ ਕੇ ਵਹਿੰਦਾ ਤੇ ਮਲਕ ਭਾਗੋ ਨੂੰ ਤਕਲੀਫ ਹੋ ਜਾਂਦੀ ਵੇ ਤੂੰ ਮੇਰੇ ਘਰ ਤਾਂ ਪ੍ਰਸ਼ਾਦਾ ਸ਼ਕਲ ਨਹੀਂ ਆਉਂਦਾ ਨਹੀਂ ਉਹ ਗਰੀਬ ਦੇ ਜਿਹੜਾ ਤੂੰ ਇੱਕ ਅਸ਼ੂਦਰ ਦੇ ਸੁੱਕੇ ਬਾਜਰੇ ਦੀਆਂ ਰੋਟੀਆਂ ਖਾਈ ਜਾਂਦਾ ਮੇਰੇ ਆਉਂਦਾ ਨਹੀਂ ਐਡੇ ਐਡੇ ਸੋਹਣੇ ਪਦਾਰਥ ਬਣਾਏ ਹੰਕਾਰ ਉਹਦੇ ਅੰਦਰ ਜਾਤ ਦਾ ਵਰਣ ਦਾ ਪਰ ਬਾਬੇ ਨੇ ਕੇਵਲ ਕਿਹਾ ਨਹੀਂ ਉਹਨਾਂ ਨੂੰ ਗੱਲ ਨਾਲ ਲਾਇਆ ਕਿਹਾ ਨਹੀਂ ਕੇਵਲ ਗੱਲ ਨਾਲ ਲਾਇਆ ਮਹਾਰਾਜ ਨੇ ਪ੍ਰੈਕਟੀਕਲ ਕੀਤਾ ਤਾਂ ਸਹਿਬ ਕਹਿੰਦੇ ਜਾਤ ਦੇ ਵਸ ਵਿੱਚ ਵੀ ਵੀ ਮੇਰੇ ਜਾਤ ਪਾਤ ਦੇ ਖਿਆਲ ਵਿੱਚ ਪੈ ਕੇ ਮੈਂ ਉੱਚੀ ਜਾਤ ਦਾ ਉੱਤਮ ਦਾ ਹौंਵੇਂ ਜਾਤੀ ਜਨਸਿਕ ਹੋ ਗਏ ਹौं ਵਿੱਚ ਮੂਰਖ ਹौं ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਕਹਿੰਦੇ ਸੇ ਹौंਵੇਂ ਦੀ ਚਾਰ ਦਿਵਾਰੀ ਦੇ ਅੰਦਰ ਹੀ ਕਿਰਿਆ ਲੋਕਾਂ ਦੀ ਕਦੇ ਮੂਰਖ ਗਿਣਿਆ ਜਾਂਦਾ ਤੇ ਕਦੇ ਸਿਆਣਾ ਪਰ ਭਾਵੇਂ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ ਜਦ ਤੱਕ ਇਹ ਸੱਦਬੰਦੀ ਦੇ ਵਿੱਚ ਵੱਜਾ ਹੈ ਇਸ ਹੱਦਬੰਦੀ ਤੋਂ ਬਾਹਰ ਭਾਵ ਹਉਮੈ ਦੀ ਚਾਰਦੀਵਾਰੀ ਵਿੱਚੋਂ ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ ਮੋਖ ਮੁਕਤ ਕੀ ਸਾਰ ਨਾ ਜਾਣਾ ਕਹਿੰਦੇ ਉਸ ਦੀ ਸਾਰ ਨੂੰ ਇਹ ਸਮਝ ਨਹੀਂ ਸਕਦਾ ਮੋਖ ਮੁਕਤ ਦੀ ਸਾਰ ਨਹੀਂ ਹੋਏਗੀ ਤਾਂ ਫਿਰ ਕਹਿੰਦੇ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉਮੈ ਕਰ ਕਰ ਜੰਤੂ ਉਪਾਇਆ ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿੱਚ ਹੈ ਤਤੈ ਜੀ ਮਾਇਆ ਮਾਇਆ ਕੂਕਦਾ ਫਿਰਦਾ ਹੈ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਤਤੈ ਇਹ ਸੁੱਤੇ ਮਾਇਆ ਦਾ ਪ੍ਰਭਾਵ ਛਾਇਆ ਪ੍ਰਭਾਵ ਜਿਹੜਾ ਪਿਆਰਿੰਦਾ ਹੈ ਰੱਬ ਤੋਂ ਵਿਛੜਿਆ ਰਹਿ ਕੇ ਜੀ ਮੁਰਮੁਰ ਦੁੱਖ ਸਹਿੰਦਾ ਹੋਂ ਮੈਂ ਕਰ ਕਰ ਜੰਤ ਉਪਾਇਆ ਕਹਿੰਦੇ ਹੋਂ ਮੈਂ ਕਰ ਕਰਕੇ ਅਹੰਕਾਰ ਦੇ ਵਿੱਚ ਹੋ ਹੋ ਕੇਈ ਇਹ ਦੁੱਖਾਂ ਨੂੰ ਜਿਹੜਾ ਹੈ ਉਹ ਪ੍ਰਾਪਤ ਕਰਦਾ ਹੈ ਦੁੱਖਾਂ ਦੇ ਵਿੱਚ ਪਿਆ ਰਹਿੰਦਾ ਹੈ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਆ ਹਉ ਮੈਂ 부ਝੈ ਤੰਦਰ ਸੂਝੈ ਗਿਆਨ ਵਿੱਚ ਹੋਣਾ ਕਤ ਕਤ ਲੁਝੈ ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਪਾਪ ਜਦੋਂ ਇਸ ਨੂੰ ਸੂਝ ਪੈਂਦੀ ਆ ਕਿ ਮੈਂ ਆਪਣੀ ਵਿਖੇਵੇਂ ਵਾਲੀ ਹੱਦਬੰਦੀ ਵਿੱਚ ਕਹਿਦਾ ਰੱਬ ਨਾਲੋਂ ਟੁੱਟਿਆਂ ਤਦ ਉਹ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹਉ ਮੈਂ 부ਝੈ ਹਉ ਮੈਂ ਦੀ ਸਮਝ ਆਈ ਤੰਦਰ ਸੂਝੈ ਫਿਰ ਇਹਨੂੰ ਇਹ ਦਰਵਾਜਾ ਦਰਦਰਥ ਦਰ ਉਹ ਦਰਵਾਜਾ ਲੱਭਦਾ ਜਿਹਦੇ ਰਾਹੀਂ ਬਾਹਰ ਨਿਕਲ ਸਕਦਾ ਹੈ ਤੇ ਕਹਿੰਦੇ ਜਦੋਂ ਉਹਦੇ ਚੋਂ ਬਾਹਰ ਗਿਆਨ ਵਿੱਚ ਹੋਣਾ ਕਥ ਕਥ ਲੁਝੈ ਤੇ ਨਾਲ ਅਗਲਾ ਬਚਨ ਆਖਿਆ ਕਹਿੰਦੇ ਜਦੋਂ ਇਹ ਸਮਝ ਪਈ ਨਾ ਜਦ ਤੱਕ ਇਸ ਗਿਆਨ ਤੋਂ ਸਖਣਾ ਤਦ ਤਾਈ ਜਬਾਨੀ ਗਿਆਨ ਦੀਆਂ ਗੱਲਾਂ ਆਖ ਕੇ ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ ਲੁੰਦਾ ਹੈ ਭਾਵ ਕਿ ਉਹਦੇ ਵਿੱਚ ਲੁਝੈ ਦੁਖੀ ਹੁੰਦਾ ਹੈ ਗਿਆਨ ਵਿੱਚ ਹੋਣਾ ਕਥ ਕਥ ਲੁਝੈ ਨਾਨਕ ਹੁਕਮੀ ਲਿਖਿਆ ਲੇਖ ਜਿਹਾ ਵੇਖੈ ਤੇਹਾ ਵੇਖ ਕਹਿੰਦੇ ਜਿਵੇਂ ਜਿਵੇਂ ਵੇਖਦੇ ਹਨ ਤਿਹੋ ਜਾ ਉਹਨਾਂ ਦਾ ਸਰੂਪ ਬਣ ਜਾਂਦਾ। ਭਾਵ ਜਿਸ ਨੀਅਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਆ ਉਸ ਤਰ੍ਹਾਂ ਅੰਦਰ ਸੰਸਕਾਰ ਇਕੱਠੇ ਹੋ ਜਾਂਦੇ ਆ। ਉਹਨਾਂ ਦਾ ਆਪਣਾ ਵੱਖਰਾ ਮਾਨਸਿਕ ਸਰੂਪ ਬਣ ਜਾਂਦਾ ਉਹ ਜੀ ਉਹਨਾਂ ਦੀ ਵੱਖਰੀ ਹਸਤੀ ਬਣ ਜਾਂਦੀ ਆ। ਉਹ ਹੀ ਲਿਖਿਆ ਜਾਂਦਾ ਭਾਵ ਰੇਕ ਜੀਵ ਦੀ ਉਹ ਵੱਖਰੀ ਵੱਖਰੀ ਹਸਤੀ ਵੇਖੋ ਵੱਖਰੀ ਹਾਂ ਰੱਬ ਦੇ ਹੁਕਮ ਅਨੁਸਾਰ ਬਣਦੀ ਆ। ਰੱਬ ਦਾ ਇੱਕ ਜਿਆ ਨਿਜਮ ਵੱਜਾ ਹੈ ਕਿ ਹਰੇਕ ਮਨੁੱਖ ਨੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ ਉਸ ਦੇ ਆਲੇ ਦੁਆਲੇ ਆਪਣੇ ਸੰਸਕਾਰਾਂ ਦਾ ਜਾਲ ਤਣਿਆ ਤੇ ਰੱਜੀ ਰੱਬੀ ਨਿਜਮ ਦੇ ਅਨੁਸਾਰ ਹੀ ਮਨੁੱਖ ਆਪਣੀ ਇੱਕ ਵੱਖਰੀ ਸਵਾਰਥੀ ਹਸਤੀ ਜੜੀ ਉਹ ਮੰਨ ਬੈਠਾ ਹੈ ਔਰ ਆਪਣੇ ਆਪ ਨੂੰ ਨਾਨਕ ਹੁਕਮੀ ਲਿਖਿਆ ਲੇਖ ਜੇ ਆ ਵੇਖੇ ਤਿਹਾਂ ਵੇਖ ਕਹਿੰਦੇ ਫਿਰ ਜਿਹੋ ਜੀ ਦ੍ਰਿਸ਼ਟੀ ਰੱਖਦਾ ਹੈ ਉਹ ਜੇ ਰੂਪ ਦੇ ਵਿੱਚ ਹੀ ਚੱਲਦਾ ਹੈ ਔਰ ਜੀ ਦੇ ਅੰਦਰ ਜਿਸ ਉਤੇ ਮਾਲਕ ਨੇ ਕਿਰਪਾ ਕੀਤੀ ਅਗਲੇ ਸ਼ਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕਿਉਂਕਿ ਜੇ ਰੋਗ ਆਖਿਆ ਨਾ ਇਹਨੂੰ ਮਹਾਰਾਜ ਨੇ ਤੇ ਉਸ ਰੋਗ ਦੀ ਦਵਾਈ ਵੀ ਲਿਖੀ ਜੇ ਰੋਗ ਆਖਿਆ ਤੇ ਰੋਗ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਵਾਈ ਵੀ ਲਿਖੀ ਹੈ ਵੀ ਇਹ ਰੋਗ ਦਾ ਇਲਾਜ ਕੀ ਹੈ ਇਹ ਰੋਗ ਹਟਾਇਆ ਕਿਵੇਂ ਜਾ ਸਕਦਾ ਇਹ ਰੋਗ ਤੋਂ ਬਚਿਆ ਕਿਵੇਂ ਜਾ ਸਕਦਾ ਮਹਾਰਾਜ ਨੇ ਉਹ ਵੀ ਦਾਤਾਂ ਗੁਰਬਾਣੀ ਦੇ ਅੰਦਰ ਸਾਨੂੰ ਦਿੱਤੀਆਂ। ਔਰ ਅਸੀਂ ਸਮਝਣਾ ਹੈ ਜੇ ਸਾਨੂੰ ਰੋਗ ਸਮਝ ਆ ਗਿਆ। ਮਹਾਰਾਜ ਕਹਿੰਦੇ ਨੇ ਹਮੇ ਵੱਡਾ ਰੋਗ ਹੈ। ਕਹਿੰਦੇ ਵੱਡਾ ਰੋਗ ਹੈ, ਦੀਰਗ ਰੋਗ ਹੈ। ਇਹ ਤਾਂ ਫਿਰ दारू ਵੀ ਗੁਰੂ ਦੇ ਕੋਲ ਹੈ। ਐਵੇਂ ਕਿਉਂ ਮੈਮੈਂ ਦੇ ਵਿੱਚ ਪੈ ਕੇ ਇਸ ਇੰਨੀ ਸੁੰਦਰ ਜ਼ਿੰਦਗੀ ਨੂੰ ਗਵਾ ਰਹੇ। ਮੈਂ ਨੂੰ ਮਿਟਾ ਕੇ ਮੈਂ ਮਿਟਾ ਕੇ ਤੂੰ ਹੋਣ ਦਾ ਮੈਂ ਤੋਂ ਤੂੰ ਤੱਕ ਦਾ ਸਫਰ ਹੈ ਮਨੁੱਖ ਦਾ ਮੈਂ ਤੋਂ ਤੂੰ ਤੱਕ ਦਾ ਮੈਂ ਨੂੰ ਛੱਡਣਾ ਹੈ ਤੂੰ ਹੋਣਾ ਹੈ ਔਰ ਜਿੱਦਣ ਹੋਵਾਂਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖੋ ਤਤ ਤੂੰ ਫਿਰ ਜਿੱਧਰ ਵੇਖਦਾ ਹੈ ਤੂੰ ਹੀ ਤੂੰ ਹੀ ਕੇਵਲ ਉਹ ਨਿਰੰਕਾਰ ਹੀ ਜਿਹੜਾ ਹੈ ਉਹ ਨਜ਼ਰ ਆਉਂਦਾ ਉਹਦੇ ਤੋਂ ਛੁੱਟ ਕੋਈ ਦੂਸਰਾ ਨਹੀਂ ਇਸ ਦਾ ਤੋ ਹਉਮੈ ਤੋਂ ਤੂੰ ਵੱਲ ਮੈਂ ਤੋਂ ਤੂੰ ਵੱਲ ਮੈਂ ਨੂੰ ਛੱਡਣਾ ਹੈ ਤੂੰ ਹੋ ਜਾਣਾ ਹੈ ਹਉਮੈ ਦਾ ਤਿਆਗ ਕਰਨਾ ਹੈ ਔਰ ਤੂੰ ਤੱਕ ਪਹੁੰਚਣਾ ਹੈ ਮਾਲਕ ਮਿਹਰ ਕਰੇ ਕਿ ਤੇ ਸਾਡੇ ਅੰਦਰੋਂ ਹਉਮੈ ਗਵਾਚੇ ਔਰ ਉਸ ਨਿਰੰਕਾਰ ਦਾ ਸਰੂਪ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ertidite ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਜਿਸ ਦੀ 7 ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸ਼ਲੋਕ ਜੋ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੈ महला दूजा हों मैं यहा जात है हों मैं कर्म कमाहे हों मैं यही बंधना फिर फिर जोनी पाहे हों मैं कितों उपजे कित संज में जाए हों मैं यो हुक्म है पै किरत फिराहे महाराज गुरु अंगद देव पातशाह जी ने इस श्लोक देर ਹਉਮੈ ਸ਼ਬਦ ਦਾ ਜੋ ਵਖਿਆਨ ਹੈ ਜਿਵੇਂ ਪਹਿਲੇ ਸ਼ਲੋਕ ਵਿੱਚ ਹਉ ਸ਼ਬਦ ਵਰਤਿਆ ਤਾਂ ਹਉਮੈ ਸ਼ਬਦ ਵੀ ਹਉ ਇਹਨੂੰ ਜੇ ਦੋ ਭਾਗਾਂ ਵਿੱਚ ਕਰਕੇ ਪੜ੍ਹੀਏ ਤੇ ਹਉ ਦਾ ਅਰਥ ਮੈਂ ਹੈ ਤੇ ਅੱਗੇ ਫਿਰ ਮੈਂ ਲੱਗਾ ਜੀ ਦਾ ਅਰਥ ਆ ਮੈਂ ਮੈਂ ਤਾਂ ਮੈਂ ਮੈਂ ਦਾ ਸਮੁੱਚਾ ਸ਼ਬਦ ਬਣ ਜਾਂਦਾ ਹਉਮੈ ਹਉਮੈ ਇਹ ਆ ਜਾਤ ਹੈ ਹਉਮੈ ਕਰਮ ਕਮਾਏ ਕਿੰਦੇ ਹਉਮੈ ਦਾ ਸੁਭਾਅ ਇਹੀ ਹੈ ਪਾਵ ਜੇ ਰੱਬ ਨਾਲ ਵੱਖਰੀ ਆਪਣੀ ਆਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹ ਨਿਕਲਦਾ ਹੈ ਕੋਈ ਕੰਮ ਕਰ ਦੇਣ ਜਿਨ੍ਹਾਂ ਨਾਲ ਇਹ ਵੱਖਰੀ ਹੋਣ ਦੇ ਟਿਕੀ ਰਹੇ ਇਸ ਵੱਖਰੀ ਹੋਣ ਦੇ ਬੰਧਨ ਵੀ ਇਹੀ ਹਨ ਕਿ ਇਹ ਜਿਹੜੀ ਹਉਮੈ ਹੈ ਕੁਦਰਤੀ ਜਾਤ ਦਾ ਅਰਥ ਹੈ ਹਉਮੈ ਇਹ ਆ ਜਾਤ ਹੈ ਜਾਤ ਦਾ ਅਰਥ ਕੁਦਰਤੀ ਸੁਭਾਅ ਲਖਣ ਹਉਮੈ ਹਾ ਜਾਤ ਹੈ ਹਉਮੈ ਕਰਮ ਕਮਾਹੇ ਉਹੀ ਕੰਮ ਕਰਦੇ ਜਿਨ੍ਹਾਂ ਨਾਲੇ ਵਖਰੀ ਹੋਂਦ ਟਿਕੀ ਰਹੇ ਬਈ ਉਹਨਾਂ ਕੰਮਾਂ ਨੂੰ ਬੰਦਾ ਨਹੀਂ ਕਰਦਾ ਜਿਨ੍ਹਾਂ ਕੰਮਾਂ ਵਿੱਚ ਇਹਨੂੰ ਲੱਗਦਾ ਹੈ ਕਿ ਮੇਰੇ ਅਹੰਕਾਰ ਨੂੰ ਬਲ ਨਹੀਂ ਮਿਲ ਰਿਹਾ ਇਹ ਉਹੀ ਕੰਮ ਕਰਕੇ ਰਾਜੀ ਹੈ ਜਿਹੜੇ ਕੰਮ ਦੇ ਵਿੱਚੋਂ ਇਹਦੀ ਹਉਮੈ ਨੂੰ ਇਹਦੇ ਅਹੰਕਾਰ ਨੂੰ ਬਲ ਮਿਲਦਾ ਉਹਨਾਂ ਕੰਮਾਂ ਨੂੰ ਤਰਜੀਹ ਦਿੰਦਾ ਹਉਮੈ ਐਈ ਬੰਦਨਾ ਫਿਰ ਫਿਰ ਜੋਨੀ ਪਾਹ ਕਹਿੰਦੇ ਉਹਦੇ ਨਾਲ 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 ਇਹ ਜਿਹੜੇ ਆ ਇਸ ਵੱਖਰੀ ਹੋਣ ਦੇ ਬੰਧਨ ਪਈ ਹੀ ਹਨ ਕਿ ਵੱਖਰੀ ਹੁੰਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜੰਜੀਰ ਪਈ ਹੀ ਹਨ ਜਿਨ੍ਹਾਂ ਦੇ ਅੰਦਰ ਕਿਰਿਵ ਜੀ ਮੜਮੜ ਜੂਨਾ ਵਿੱਚ ਪੈਂਦਾ ਹੈ ਹਮੈ ਇਹ ਹੀ ਬੰਧਨਾ ਫਿਰ ਫਿਰ ਜੋਨੀ ਪਾਹੇ ਫਿਰ ਫਿਰ ਦੁਬਾਰਾ ਦੁਬਾਰਾ ਹਮੇ ਦਾ ਕਾਰਨੀ ਹੈ ਜਿਸ ਕਰਕੇ ਮਨੁੱਖ ਦੁਬਾਰਾ ਆਉਣ ਤੇ ਜਾਣ ਵਿੱਚ ਪੈਂਦਾ ਹੈ ਮਹਾਰਾਜ ਕਹਿੰਦੇ ਆ ਕਿ ਜੇ ਕਿ ਤੈਨੂੰ ਨਿਵੇੜ ਲਵੇ ਕੱਢ ਦਵੇ ਤਾਂ ਫੇਰ ਇਹ ਆਉਣ ਤੇ ਜਾਣ ਵਾਲੇ ਇਸ ਚੱਕਰ ਦੇ ਵਿੱਚੋਂ ਬਚ ਸਕਦਾ ਇਹਦਾ ਬਚਾਅ ਹੋ ਸਕਦਾ ਫਿਰ ਮਹਾਰਾਜ ਨੇ ਇੱਕ ਸਵਾਲ ਖੜਾ ਕੀਤਾ ਕਹਿੰਦੇ ਹਉਮੈ ਕਿੱਥੋਂ ਉਪਜੈ ਔਰ ਕਿਤ ਸੰਜਮੇ ਜਾਏ ਦੋ ਸਵਾਲ ਇਸ ਸ਼ਬਦ ਦੇ ਵਿੱਚ ਪੰਕਤੀ ਵਿੱਚ ਨੇ ਹਉਮੈ ਪੈਦਾ ਕਿੱਥੋਂ ਹੁੰਦੀ ਹੈ ਔਰ ਕਿਹੜਾ ਸੰਜਮ ਕਿਹੜਾ ਤਰੀਕਾ ਟੰਗ ਵਰਤੀਏ ਜਿਹਦੇ ਨਾਲੇ ਜਾ ਸਕਦੀ ਐ ਸਮਾਪਤ ਹੋ ਸਕਦੀ ਉਹ ਕਿਹੜਾ ਟੰਗ ਹੈ ਤੁਮਾਰਾਜ ਨੇ ਛਿਜੜਾਇਆ ਸ਼ਬਦ ਬਚਨ ਕਿਹਾ ਇਹ ਹੋਮੇ ਜਿਹੜਾ ਵਾਲਾ ਪਰਮ ਕਿੱਥੋਂ ਪੈਦਾ ਹੁੰਦਾ ਤੇ ਕਿਸ ਤਰੀਕੇ ਨਾਲੇ ਦੂਰ ਹੋ ਸਕਦਾ ਇਹ ਪੈਦਾ ਕਿੱਥੋਂ ਹੁੰਦੀ ਐ ਤੇ ਦੂਰ ਕਿਵੇਂ ਹੋ ਸਕਦੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਅਗਲਾ ਬਚਨ ਫੇਰ ਕਹਿੰਦੇ ਕਿਉਂਕਿ ਵੀ ਤਾਂ ਸੋਚਣਾ ਨਾ ਕਿ ਹੰਕਾਰ ਪੈਦਾ ਕਿੱਥੋਂ ਹੁੰਦਾ ਕਿੰਦੇ ਹਮੇ ਇਹੋ ਹੁਕਮ ਹੈ ਪਇਆ ਕਿਰਤ ਫਿਰਾਇ ਇਸ ਦਾ ਉੱਤਰ ਇਹ ਆ ਕੇ ਵੱਖਰੀ ਸ਼ਖਸੀਅਤ ਬਣਾਉਣ ਵਾਲਾ ਰੱਬ ਦਾ ਹੁਕਮ ਹੈ ਤੇ ਜੀ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਅਨੁਸਾਰ ਮੜੋ ਉਹਨਾਂ ਹੀ ਕੰਮਾਂ ਨੂੰ ਕਰਨ ਵੱਲ ਦੌੜਦੇ ਹਨ ਹਮੇ ਹੋ ਹੁਕਮ ਹੈ ਪਰ ਪਹਿਲੀ ਸ਼ਖਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਲੋਚਦੇ ਹੁਮੇ ਇਹੋ ਹੁਕਮ ਹੈ ਪਇਇ ਕਿਰਤ ਫਿਰਾਹੇ ਪਇ ਕਿਰਤ ਦਾ ਅਰਥ ਹੈ ਪੁਰਾਣੇ ਕੀਤੇ ਸੰਸਕਾਰ ਉਹਨਾਂ ਨੂੰ ਨਾਲ ਲਈ ਫਿਰਦਾ ਔਰ ਬਾਬੇ ਫਰੀਦ ਨੇ ਤਾਂ ਇੱਕ ਬਚਨ ਆਪਣੇ ਸ਼ਲੋਕਾਂ ਵਿੱਚ ਆਖਿਆ ਉਹ ਕਹਿੰਦੇ ਆ ਕਿ ਜਦੋਂ ਜਿਵੇਂ ਇਸਲਾਮ ਦੇ ਵਿੱਚ ਉਹਨੂੰ ਸ਼ੈਤਾਨ ਆਖਿਆ ਜਾਂਦਾ ਜਿਹੜਾ ਮਨੁੱਖ ਤੋਂ ਬੁਰਾਈਆਂ ਵਾਲੇ ਕੰਮ ਕਰਾਉਂਦਾ ਜਦੋਂ ਸ਼ੈਤਾਨ ਆਖਿਆ ਜਾਂਦਾ ਉਸ ਨੂੰ ਤਾਂ ਉਹਦੇ ਲਈ ਫਿਰ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਕਿ ਉਹ ਮਨੁੱਖ ਨੂੰ ਗੁਰੀਾਈ ਲਈ ਪ੍ਰੇਰਦਾ ਹੈ ਤੇ ਬਾਬੇ ਫਰੀਦ ਨੇ ਉਸ ਚੀਜ਼ ਦਾ ਹੀ ਹਵਾਲਾ ਦੇ ਕੇ ਬਚਨ ਵਰਤਿਆ ਕਿੰਦੇ ਜਦੋਂ ਬੰਦਾ ਇਸ ਸੰਸਾਰ ਤੇ ਆ ਰਿਹਾ ਸੀ ਤੇ ਰਸਤੇ ਵਿੱਚ ਸ਼ੈਤਾਨ ਬੈਠਾ ਸ਼ੈਤਾਨ ਨੇ ਨੂੰ ਆਵਾਜ਼ ਮਾਰੀ ਤੇ ਕਹਿੰਦਾ ਕਿੱਥੇ ਚੱਲਿਆ ਉਹ ਕਹਿੰਦਾ ਮੈਂ ਧਰਤੀ ਤੇ ਚੱਲਿਆ ਜਦੋਂ ਦੱਸਿਆ ਮੈਂ ਧਰਤੀ ਤੇ ਜਾ ਰਿਹਾ ਹਾਂ ਤੋ ਕਹਿੰਦਾ ਫਿਰ ਤੇਰੇ ਵਾਸਤੇ ਮੇਰੇ ਕੋਲ ਇੱਕ ਬੜੀ ਨੇਕ ਸਲਾਹ ਜਿਹੜੀ ਤੂੰ ਲੈ ਕੇ ਜਾਏ ਕਹਿੰਦਾ ਦੱਸ ਕਹਿੰਦਾ ਨੇੜੇ ਹੋ ਕੋ ਦੂਜਾ ਨਾ ਸੁਣ ਲੈ ਤੇਰੇ ਕੰਨ ਚ ਕਹਾਂਗਾ ਔਰ ਕਹਿੰਦੇ ਕੰਨ ਚ ਫੂਕ ਮਾਰੀ ਤੇ ਆਖਿਆ ਕੀ ਸ਼ੈਤਾਨ ਨੇ ਉਹਨੇ ਆਖਿਆ ਜਗਤ ਤੇ ਚੱਲਿਆ ਜਗਤ ਤੇ ਦੁਨੀਆ ਬੜੀ ਹੈ ਪਹਿਲਾਂ ਬਹੁਤ ਗਏ ਨੇ ਰੱਬ ਨੇ ਬੜੇ ਭੇਜੇ ਨੇ ਪਰ ਤੇਰੇ ਵਰਗਾ ਅੱਜ ਤੱਕ ਕੋਈ ਦੂਜਾ ਨਾ ਗਿਆ ਐ ਤੇ ਨਾ ਜਾਏਗਾ ਇਸੇ ਕਰਕੇ ਆਪਣੇ ਆਪ ਦੇ ਅੰਦਰ ਇਹ ਚੀਜ਼ ਹਮੇਸ਼ਾ ਜਾਗਦੀ ਰੱਖੀ ਕਿ ਮੇਰੇ ਵਰਗਾ ਇਸ ਸੰਸਾਰ ਤੇ ਦੂਜਾ ਕੋਈ ਨਹੀਂ ਆਇਆ ਜਦੋਂ ਇਹ ਸ਼ਬਦ ਹਣ ਬਾਬਾ ਫਰੀਦ ਕਹਿੰਦੇ ਵੀ ਉਹ ਇਹੋ ਜੀ ਫੂਕ ਮਾਰੀ ਐ ساری ਜ਼ਿੰਦਗੀ ਲੰਘ ਜਾਂਦੀ ਹੈ ਅਹੰਕਾਰ ਦੇ ਵਿੱਚ ਇਹ ਹੀ ਕਹਿੰਦਾ ਕਿ ਮੇਰੇ ਵਰਗਾ ਇਸ ਸੰਸਾਰ ਤੇ ਦੂਜਾ ਕੋਈ ਨਹੀਂ ਤਾ ਕਰ ਕਿਉ ਨਾ ਨੇ ਸ਼ਬਦ ਵਰਤੇ ਫਰੀਦਾ ਕੋ ਕਹਿੰਦਿਆਂ ਚਾਹ ਗਿੰਦਿਆਂ ਮੱਤੀ ਦਿੰਦਿਆਂ ਨਿਤ ਜੋ ਸ਼ੈਤਾਨ ਵਝਾਇਆ ਸੇ ਕਿਤ ਫੇਰੈ ਚਿੱਤ ਕਿੰਦੇ ਜਿੰਨਾ ਜਿਹੜੇ ਸ਼ੈਤਾਨ ਦੇ ਨਾਲ ਜੁੜ ਗਿਆ ਉਹਦੀ ਬਾਤ ਸੁਣਦੇ ਫਿਰ ਉਹ ਗੁਰੂ ਦੀ ਕਿੱਥੇ ਸੁਣਦੇ ਭਲੇ ਪੁਰਖਾਂ ਦੀ ਕਿੱਥੇ ਸੁਣਦੇ ਕਿੰਦੇ ਹਮੇ ਇਹੋ ਹੁਕਮ ਹੈ ਪਇਆ ਕਿਰਤ ਫਿਰਾਏ ਹੰਕਾਰ ਪੈਦਾ ਤਉਦਾ ਹੀ ਕੀਤਾ ਲੈਕਨ ਉਹਦੀ ਇੱਕ ਮਰਿਆਦਾ ਹੈ ਜਿਹਦੇ ਵਿੱਚ ਰਹਿਣਾ ਮਹਾਰਾਜ ਕਹਿੰਦੇ ਕੋਈ ਵੀ ਚੀਜ਼ ਹੈ ਮਰਿਆਦਾ ਤੋਂ ਬਾਹਰ ਹੁੰਦੀ ਹੈ ਤੇ ਦੁਖਦਾਈ ਹੋ ਜਾਂਦੀ ਫਿਰ ਮਹਾਰਾਜ ਦੁਬਾਰਾ ਕਹਿੰਦੇ ਹਮੈਂ ਦੀਰਗ ਰੋਗ ਹੈ दारू ਪੀ ਇਸ ਮਾਹੇ ਦੀਰਗ ਦਾ ਅਰਥ ਹੈ ਲੰਬਾ ਭਾਵੇਂ ਕਈ ਜਨਮਾਂ ਦਾ ਜਿਹੜਾ ਲੱਗਾ ਹੋਇਆ ਕੁਸੰਗ ਵਿੱਚ ਪੈ ਕੇ ਜਦੋਂ ਇੱਕ ਦੋ ਵੇਰੀ ਇਹ ਲੰਬਾ ਰੋਗ ਤਾਂ ਇੱਥੇ ਸ਼ਬਦ ਜਿਹੜਾ ਹੈ ਆਖਿਆ ਵੇ ਜਿਵੇਂ ਬੰਦਾ ਭੈੜੀ ਸੰਗਤ ਵਿੱਚ ਬਹਿ ਕੇ ਇੱਕ ਦੋ ਵਾਰੀ ਕਿਸੇ ਨਸ਼ੇ ਦਾ ਸ਼ਰਾਬ ਇਤਿਆਦਿਕ ਦਾ ਸੇਵਨ ਕਰ ਲੈਂਦਾ ਤਾਂ ਉਹਨੂੰ ਉਹ ਚਸਕਾ ਹੀ ਲੱਗ ਜਾਂਦਾ ਹੈ ਉਹ ਚੀਜ਼ ਉਹਦੇ ਜੀਵਨ ਦਾ ਇਹੋ ਜਿਹਾ ਅੰਗ ਬਣ ਜਾਂਦਾ ਤਾਂ ਉਹ ਚਸਕਾ ਮੁੜ ਆਪਣੇ ਆਪ ਉਸਨੂੰ ਸ਼ਰਾਬਖਾਨੇ ਵਿੱਚ ਲਈ ਫਿਰਦਾ ਇਸੇ ਤਰ੍ਹਾਂ ਉਹ ਚਸਕਾ ਹੋਰ ਵੱਧ ਜਾਂਦਾ ਉਪਾਅ ਕੇ ਘਟਦਾ ਨਹੀਂ ਨਾ ਇਹ ਇੱਕ దీర్ఘ ਰੋਗ ਬਣ ਜਾਂਦਾ ਇਸ ਤਰ੍ਹਾਂ ਜੋ ਵੀ ਆਦਤ ਇੱਕ ਵਾਰ ਬਣਦੀ ਆ ਉਹ ਆਪਣੇ ਆਪ ਇਸ ਨਿਜਮ ਅਨੁਸਾਰ ਲੰਮੀ ਹੁੰਦੀ ਜਾਂਦੀ ਹੈ ਕੋਈ ਵੀ ਚੀਜ਼ ਇਸੇ ਤਰ੍ਹਾਂ ਅਹੰਕਾਰ ਦੀ ਖੇਡ ਹੈ ਅਹੰਕਾਰ ਵੀ ਇੱਕ ਨਸ਼ਾ ਹੈ ਮਨੁੱਖ ਜਦੋਂ ਹਉਮੈ ਦੇ ਵਿੱਚ ਇੱਕ ਵਾਰ ਇਹੋ ਜਿਹਾ ਕੁਝ ਕਰਦਾ ਤਾਂ ਫਿਰ ਉਹ ਦੂਜੀ ਵਾਰ ਫਿਰ ਹੋਰ ਹਉਮੈ ਪ੍ਰਬਲ ਹੁੰਦੀ ਹੋਰ ਹੁੰਦੀ ਹੈ ਤਾਂ ਉਹ ਵਧਦੀ ਜਾਂਦੀ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਨਗਰ ਵਿੱਚ ਗਏ ਉੱਥੇ ਬਾਰ ਬੜਾ ਨਗਰ ਪੂਰਾ ਸਜਾਇਆ ਝੰਡੀਆਂ ਲੱਗੀਆਂ ਕਿਲੇਆਂ ਦੇ ਗੇਟ ਲੱਗੇ ਐਸਾ ਕੁਝ। ਬਾਬਾ ਮਰਦਾਨਾ ਪੁੱਛਦਾ ਗੁਰੂ ਨਾਨਕ ਸਾਹਿਬ ਨੂੰ ਜੀ ਇੱਥੇ ਕੋਈ ਵਿਆਹ ਸ਼ਾਦੀ ਕੀ ਕਾਰਜ ਹੈ ਪੂਰਾ ਨਗਰ ਹੀ ਸਜਾਇਆ ਪਿਆ। ਜਦੋਂ ਪਤਾ ਕੀਤਾ ਢੋਲ ਵਾਲੇ इत्यादि ਕਹਿੰਦੇ ਜੀ ਇੱਥੇ ਸਾਡੇ ਜਿਹੜਾ ਹੈ ਅੱਜ ਸਾਧੂ ਨੇ ਬੜਾ ਵੱਡਾ ਮਹਾਤਮਾ 40 ਦਿਨੋਂ ਭੁਖਾਰਿਆ ਉਹਨੇ ਕੁਝ ਖਾਧਾ ਨਹੀਂ ਉਹਨੇ ਬਾਹਰ ਨਿਕਲਣਾ ਉਹਦੇ ਸਵਾਗਤ ਵਾਸਤੇ ਖਲੋਤੇ। ਮਾਰਾਰ ਕਹਿੰਦੇ ਵੀ ਨਹੀਂ ਉਹਨੇ ਕੁਝ ਖਾਦਾ ਹੈ ਆਂਦੇ ਜੀ ਨਹੀਂ ਕੁਝ ਨਹੀਂ ਖਾਦਾ ਅਸੀਂ ਗੁਫਾ ਵਿੱਚ ਚੈੱਕ ਕੀਤੀ ਸੀ ਅੰਦਰ ਸਾਰਾ ਕੁਝ ਵੇਖਿਆ ਕਹਿੰਦੇ ਇੰਜ ਕਰੋ ਫਿਰ ਉਹਨੂੰ ਬਾਹਰ ਨਿਕਲਣ ਦਿਓ ਤੁਸੀਂ ਇਹ ਛੰਡੀਆਂ ਵਗੈਰਾ ਪਾਸੇ ਕਰ ਲਓ ਤੇ ਕੋਈ ਵੀ ਸਾਹਮਣੇ ਨਾ ਆਇਓ ਸਾਰਿਆਂ ਨੇ ਹੁਕਮ ਮੰਨ ਲਿਆ ਜਦੋਂ ਬਾਹਰ ਨਿਕਲਿਆ ਨਾ ਆਪਣੀ ਗੁਫਾ ਚੋਂ ਤੇ ਚਾਰ ਚੁਫੇਰੇ ਵੇਖਿਆ ਨਾ ਕੋ ਢੋਲਟ ਮੱਕੇ ਵਾਲਾ ਨਾ ਕੋ ਉਹਦੀ ਜੈਜਾ ਕਰ ਕਰਨ ਵਾਲਾ ਨਾ ਉਹਨੂੰ ਕੋਈ ਮੋਢਿਆਂ ਤੇ ਚੁੱਕਣ ਵਾਲਾ ਕੋਈ ਵੀ ਨਾ ਦਿਸਿਆ ਤੇ ਗਾਸ਼ ਖਾ ਕੇ ਡਿੱਗ ਪਿਆ ਬੇਹੋਸ਼ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਹੀ ਸੱਦਿਆ ਦੂਸਰਿਆਂ ਨੂੰ ਲਿਆ ਕੇ ਉਹਦੀਆਂ ਤਲੀਆਂ ਚੱਸੀਆਂ ਕੁਝ ਪਾਣੀ ਪਿਆਇਆ ਤੇ ਮਹਾਰਾਜ ਕਹਿੰਦੇ ਭਾਈ ਸੱਚੋ ਸੱਚ ਦਾਸ ਇਹਨਾਂ ਨਗਰ ਵਾਲਿਆਂ ਨੂੰ ਤੂੰ ਕਹਿੰਨਾ ਮੈਂ ਕੁਝ ਖਾਦਾ ਨਹੀਂ ਕਹਿੰਦਾ ਜੀ ਨਹੀਂ ਖਾਦਾ ਮਹਾਰਾਜ ਕਹਿੰਦੇ ਤੂੰ ਖਾਂਦਾ ਰਿਆਂ ਕਹਿੰਦੇ ਜੀ ਕੀ ਖਾਂਦਾ ਰਿਆਂ ਮਹਾਰਾਜ ਕਹਿੰਦੇ ਤੂੰ ਹਉਮੈ ਦੀ ਖੁਰਾਕ ਖਾਦੀ ਏ ਇਸੇ ਹੀ ਕਰਕੇ ਤੂੰ ਅੰਦਰ ਬੈਠਾ ਰਿਆਂ ਵੀ ਮੈਂ ਬਾਹਰ ਨਿਕਲਾਂਗਾ ਲੋਕ ਮੈਨੂੰ ਮੋਢਿਆਂ ਤੇ ਚੁੱਕਣਗੇ ਢੋਲ ਟਮੱਕਾ ਹੋਏਗਾ ਮੇਰੀ ਜੈਜਾਕਾਰ ਹੋਏਗੀ ਮੈਨੂੰ ਆਖਣਗੇ ਬਹੁਤ ਵੱਡਾ ਪੁਰਖ ਹੈ ਇਹੋ ਹੀ ਹੋਮੇਂਦੀ ਖੁਰਾਕ ਹੈ ਜਿਹੜੀ ਤੈਨੂੰ ਇਹ ਕੰਮ ਕਰਨ ਲਈ ਪ੍ਰੇਰਦੀ ਰਹੀ ਹੈ ਹੋਰ ਕੋ ਤੇਰਾ ਧਿਆਨ ਨਹੀਂ ਜੁੜਿਆ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਕਹਿੰਦਾ ਜੀ ਗੱਲ ਤਾਂ ਬਿਲਕੁਲ ਸੱਚੀ ਹੈ ਇਸੇ ਕਰਕੇ ਬੰਦਾ ਹੋਮੇਂਦੀ ਖੁਰਾਕ ਵੀ ਲੈਂਦਾ ਹੈ ਜਿੱਥੇ ਦੂਸਰੀ ਖੁਰਾਕ ਹੈ ਉੱਥੇ ਹੋਮੇਂ ਅਹੰਕਾਰ ਦੀ ਵੀ ਖੁਰਾਕ ਹੈ ਔਰ ਮਹਾਰਾਜ ਦੇ ਚਰਨਾਂ ਤੇ ਟਹਿ ਕਿਉਂ ਨੇ ਖਿਮਾ ਜਾਂਚ ਨਾ ਕੀਤੀ ਮਹਾਰਾਜ ਕਹਿੰਦੇ ਲੰਬਾ ਰੋਗ ਹੈ ਪਰ ਹੈ ਇਹ ਲਾ ਇਲਾਜ ਨਹੀਂ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਕਹਿੰਦੇ ਜੇ ਪ੍ਰਭੂ ਆਪਣੀ ਮਿਹਰ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦੇ ਔਰ ਜਦੋਂ ਗੁਰੂ ਦਾ ਸ਼ਬਦ ਕਮਾਉਂਦੇ ਆ ਨਾ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਕਹਿੰਦੇ ਹੈ ਲੋਕ ਇਸ ਤਰੀਕੇ ਨਾਲ ਹਉਮੈ ਰੂਪੀ ਦੀਰਗ ਰੋਗ ਤੋਂ ਪੈਦਾ ਹੋਏ ਦੁਖ ਦੂਰ ਹੋ ਜਾਂਦੇ ਆ ਜੇ ਕਿਤੇ ਗੁਰੂ ਦਾ ਸ਼ਬਦ ਕਮਾ ਲਵੇ ਮਾਲਕ ਦਾ ਸ਼ਬਦ ਜੀਵਨ ਦੇ ਵਿੱਚ ਉਹ ਦਾਤ ਦਿੰਦਾ ਹੈ ਕਿਰਪਾ ਕਰਦਾ ਹੈ ਜਿਹੜਾ ਸਾਨੂੰ ਇਸ ਹਉਮੈ ਤੋਂ ਇਸੰਕਾਰ ਤੋਂ ਬਚਣ ਵਾਸਤੇ ਪ੍ਰੇਰਣਾ ਕਰਦਾ ਹੈ ਮਾਲਕ ਕਿਰਪਾ ਕਰੇ ਪਤਾ ਨਹੀਂ ਇਸੰਕਾਰ ਕਰਕੇ ਕਿੰਨੇ ਕੁ ਜੀਵਨ ਜਿਹੜੇ ਨੇ ਕਿੰਨੀਆਂ ਕਣ ਤੱਕ ਜੂਨਾ ਹੰਡਾਈਆਂ ਬੀਤ ਗਏ ਲੰਘ ਗਏ ਸਮਾਪਤ ਹੋ ਗਏ ਪਰ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀਏ ਰਜ਼ੋਈ ਕਰੀਏ ਕਿਤੇ ਇਹ ਵੀ ਜੀਵਨ ਜਿਹੜਾ ਇਸੇ ਤਰ੍ਹਾਂ ਹੋਂ ਦੇ ਵਿੱਚ ਨਾ ਲੰਘ ਜਾਏ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀਏ ਦਾਤਾ ਇਹ ਹਉਮੈ ਦਾ ਜਿਹੜਾ ਕੰਡਾ ਹੈ ਇਹ ਤੇਰਾ ਰਸ ਨਹੀਂ ਸਾਖਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ ਅੰਦਰ ਹਉਮੈ ਦਾ ਕੰਡਾ ਹੈ ਤਾਂ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਜਾਣਨ ਦਿੰਦਾ ਕਿਤੇ ਉਹ ਕੰਡਾ ਨਿਕਲ ਜਾਏ ਗੁਰੂ ਕਿਰਪਾ ਕੱਢ ਕਰਕੇ ਕੰਡਾ ਕੱਢੇ ਔਰ ਅਸੀਂ ਉਸ ਨਿਰੰਕਾਰ ਦੇ ਨਾਲ ਜੁੜੀਏ ਤਾਂ ਕਿ ਵੀ ਜਿਹੜਾ ਮਿਲਿਆ ਹੋਇਆ ਸਮਾਂ ਵਿਅਰਥ ਨਾ ਚਲਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ